ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਕੋਈ ਇਸ ਗੱਲ ਨੂੰ ਜਾਣਦਾ ਭਾਵ ਸਮਝਦਾ ਹੈ ਕਿ ਇਸ ਜਗਤ ਦੇ ਵਿੱਚ ਇਸ ਸੰਸਾਰ ਵਿੱਚ ਕੌਣ ਅਸਲੀ ਮਿੱਤਰ ਹੈ। ਮਿੱਤਰ ਤਾਂ ਸਾਧ ਸੰਗਤ ਜੀ ਸੰਸਾਰ ਵਿੱਚ ਤਿੰਨ ਤਰ੍ਹਾਂ ਦੇ ਮੰਨੇ ਆ, ਧਨ ਵੀ ਮਿੱਤਰ ਮੰਨਿਆ, ਸੰਬੰਧੀ ਵੀ ਮਿੱਤਰ ਮੰਨੇ ਆ, ਇਸੇ ਹੀ ਤਰ੍ਹਾਂ ਕਰਮ ਵੀ ਮਿੱਤਰ ਮੰਨੇ ਆ। ਜਿਹੜੇ ਸੰਬੰਧੀ ਹੈ ਨਾ ਮਿੱਤਰ, ਉਹ ਅਖੀਰਲੇ ਸਵਾਸ ਤੱਕ ਅਖੀਰਲੀ ਕਿਰਿਆ ਤੱਕ ਹੀ ਹੈ। ਧਨ ਉਨਾ ਚਿਰ ਮਿੱਤਰ ਹੈ ਜਿੰਨਾ ਚਿਰ ਤੱਕ ਸਰੀਰ ਹੈ, ਸਰੀਰ ਚਲਿਆ ਗਿਆ ਫਿਰ ਧਨ ਮਿੱਤਰ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜਾ ਸੁੰਦਰ ਜ਼ਿਕਰ ਕਰਦੇ ਹੈ 33 ਸਵਈਆਂ ਵਿੱਚ, ਤਉ ਧਨ ਤਿਆਗਤ ਹੀ ਸੁਨ ਰੇ ਜੜ, ਪ੍ਰੇਤ ਬਖਾਣ ਤਿਰਿਆ ਭੱਜ ਜੈ ਹੈ, ਭੌਣ ਭੰਡਾਰ ਧਰਾ ਗੜ ਜੇਤ ਛਾੜਤ ਪ੍ਰਾਨ ਬਿਗਾਨ ਕਹਿ ਹੈ, ਸਾਜਨ ਮਿੱਤਰ ਸੁਮਿੱਤਰ ਸਖਾ ਹੇ ਬੇਗ ਨਕਾਰ ਹੋ ਆਇਸ ਦੈ ਹੈ, ਚੇਤ ਰੇ ਚੇਤ ਅਚੇਤ ਮਹਾਂਪਸ ਅੰਤ ਕੀ ਵਾਰ ਅਕੇਲੋ ਹੀ ਜੈ ਹੈ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੈਰਾਗਮਈ ਉਪਦੇਸ਼ ਮਹਾਰਾਜ ਦੇ ਰਹੇ ਹੈ। ਇਸ ਕਰਕੇ ਧਨ ਸਰੀਰ ਤੱਕ ਹੀ ਸੀਮਤ ਹੈ। ਫਿਰ ਅੱਗੇ ਆ ਗਏ ਕਰਮ। ਕਰਮ ਜਿਹੜੇ ਆ ਬਈ ਉਹ ਜਨਮ ਤੋਂ ਲੈ ਕੇ ਅੱਗੇ ਤੱਕ ਨਾਲ ਚੱਲਦੇ ਆ। ਸ਼ੁਭ ਨੇਕ ਕਰਮ ਛੁਟਕਾਰਾ ਕਰਾ ਦਿੰਦੇ ਆ, ਮਾੜੇ ਕਰਮ ਜਿਹੜੇ ਆ ਨਰਕਾਂ ਦਾ, ਜਮਾਂ ਦਾ, ਜੂਨੀਆਂ ਦਾ, ਬੰਧਨ ਦਾ ਕਾਰਨ ਬਣ ਜਾਂਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਜਾਣੈ, ਕੋਈ ਜਾਣਦਾ ਕਬ ਨਹੀਂ ਹਾਂ ਜਗ ਮੀਤ ਕੇ ਕੌਣ ਹੈ ਇਸ ਸੰਸਾਰ ਦੇ ਵਿੱਚ ਅਸਲੀ ਪੱਕਾ ਲੋਕ ਪ੍ਰਲੋਕ ਦਾ ਸਾਥੀ ਮਿੱਤਰ ਪਿਆਰਾ ਹੈ। ਮਿੱਤਰ ਦਾ ਅਰਥ ਪਿਆਰਾ ਵੀ ਹੈ, ਜਿਹੜਾ ਪਿਆਰ ਕਰਦਾ ਨਾ ਤੁਹਾਡੇ ਨਾਲ ਦਿਲੋਂ ਸੱਚਾ ਸੁੱਚਾ, ਉਹੀ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੀ ਮਦਦ ਸਹਾਇਤਾ ਕਰੇਗਾ, ਤੁਹਾਡੇ ਕਸ਼ਟਾਂ ਵਿੱਚ ਤੁਹਾਡਾ ਰੱਖਿਅਕ ਬਣੇਗਾ। ਇਸ ਕਰਕੇ ਮੀਤ ਦਾ ਅਰਥ ਹੁੰਦਾ ਪਿਆਰਾ। ਇਸ ਕਰਕੇ ਬਈ ਜਿਹੜਾ ਐਸਾ ਕੋਈ ਪਿਆਰਾ ਮਿੱਤਰ ਹੈ, ਕੌਣ ਹੈ ਜੱਗ ਦੇ ਵਿੱਚ ਤੇਰਾ ਜਿਹੜਾ ਤੇਰੀ ਰੱਖਿਆ ਕਰ ਸਕਦਾ ਲੋਕ ਪ੍ਰਲੋਕ ਦੇ ਵਿੱਚ। ਕਹਿੰਦੇ ਇਸ ਵਿਧੀ ਨੂੰ, ਇਸ ਜੁਗਤੀ ਨੂੰ ਉਹੀ ਸਮਝਦਾ ਜਿੱਥੇ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਕਿਰਪਾ ਦਾ ਜਿਹੜਾ ਘਰ ਹੈ ਕਿਰਪਾਲੂ ਹੋ ਜਾਏ। ਜਿਹੜਾ ਇਸ ਗੱਲ ਨੂੰ ਸਮਝਦਾ ਵੀ ਅਸਲੀ ਮਿੱਤਰ ਕੌਣ ਹੈ ਨਾ, ਉਹਦੀ ਜਿਹੜੀ ਰੀਤੀ ਹੈ ਨਾ, ਭਾਵ ਉਹਦੀ ਰਹਿਣੀ ਬਹਿਣੀ, ਉਹ ਨਿਰਮਲ ਹੋ ਜਾਂਦੀ ਹੈ, ਮੈਲ ਤੁਰਹਿਤ ਹੋ ਜਾਂਦੀ ਹੈ, ਉੱਜਲ ਹੋ ਜਾਂਦੀ ਹੈ, ਭਾਵ ਪਾਕ ਪਵਿੱਤਰ ਜੀਵਨ ਬਣ ਜਾਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਹੁਣ ਦੱਸਦੇ ਆ ਕਿ ਬੰਦਿਆ ਤੂੰ ਮਾਤਾ ਨੂੰ ਆਸਰਾ ਮੰਨਦਾ, ਪਿਤਾ ਨੂੰ ਆਸਰਾ ਮੰਨਦਾ, ਬੰਧਤਾ ਇਸਤਰੀ ਨੂੰ, ਸੁੱਤ ਪੁੱਤਰ ਨੂੰ, ਬੰਧਪ ਸੰਬੰਧੀਆਂ ਨੂੰ, ਇਸ਼ਟ ਪਿਆਰੇ ਜਾਨ ਨਾਲੋਂ ਪਿਆਰੇ ਮਿੱਤਰ ਔਰ ਭਾਈ ਭਰਾ ਜਿੰਨੇ ਵੀ ਹੈ ਇਹਨਾਂ ਨੂੰ ਤੂੰ ਆਪਣੇ ਆਸਰੇ ਸਮਝਦਾ ਵੀ ਇਹ ਮੇਰੇ ਮਿੱਤਰ ਹੈ, ਮੇਰੇ ਸੰਬੰਧੀ ਹੈ, ਮੇਰਾ ਆਸਰਾ ਹੈ। ਜਨਮ ਕੇ ਮਿਲੇ ਸੰਜੋਗੀ, ਇਹ ਤਾਂ ਪਿਛਲੇ ਜਨਮਾਂ ਦਾ ਕੋਈ ਸੰਜੋਗ ਜੁੜ ਗਿਆ, ਉਹਦੇ ਕਰਕੇ ਤੇਰਾ ਇਹਨਾਂ ਨਾਲ ਸੰਬੰਧ ਬਣ ਗਿਆ। ਕਦੇ ਤੂੰ ਇਹਨਾਂ ਦਾ ਪੁੱਤ ਸੀ, ਇਹ ਤੇਰੇ ਮਾਂ ਬਾਪ ਸਨ, ਕਦੇ ਤੂੰ ਇਹਨਾਂ ਦਾ ਮਾਂ ਬਾਪ ਸੀ, ਇਹ ਤੇਰੇ ਪੁੱਤਰ ਸਨ,
ਇਸ ਕਰਕੇ ਮਹਾਰਾਜ ਕਹਿੰਦੇ ਪੂਰਵਲਿਆਂ ਜਨਮਾਂ ਦਾ ਸੰਬੰਧ ਜੁੜਨ ਕਰਕੇ ਇਹ ਸਾਰੇ ਨਾਤੇ ਤੇਰੇ ਨਾਲ ਜੁੜੇ ਹੋਏ ਹਨ। ਸੰਯੋਗ ਸੰਗ ਭਲੀ ਪ੍ਰਕਾਰ ਯੋਗ ਜੁੜਿਆ ਹੋਇਆ ਨਾਤਾ ਹੈ। ਅੰਤ ਹੈ ਕੋ ਨਾ ਸਹਾਈ, ਪਰ ਅੰਤ ਨੂੰ ਇਹਨਾਂ ਨੇ ਤੇਰੀ ਸਹਾਇਤਾ ਨਹੀਂ ਕਰਨੀ, ਰੱਖਿਆ ਨਹੀਂ ਕਰਨੀ। ਜੈ ਮਾਤ ਪਿਤਾ ਸੁਪਮੀਤ ਨਾ ਪਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਤਪਤ ਬਹੁ ਕਹਾ, ਤਹ ਹਰ ਕੇ ਨਾਮ ਕੀ ਤੂੰ ਪਰਛਾ। ਮਹਾਰਿਸ਼ੀ ਵਾਲਮੀਕ ਜੀ ਨੂੰ ਸੰਤਾਂ ਨੇ ਕਿਹਾ ਸੀ, ਮਾਤਾ ਪਿਤਾ ਲਈ, ਪਰਿਵਾਰ ਲਈ, ਬੱਚਿਆਂ ਲਈ ਕਰਦਾ ਇੰਨੇ ਆ ਕਰਮ ਤੋਂ ਜਿਹੜੇ ਨਹੀਂ ਕਰਨ ਵਾਲੇ ਜਾਂ ਪੁੱਛ ਕੇ ਆ ਤੇਰੀ ਮਦਦ ਕਰਨਗੇ? ਉਹ ਸਾਰਿਆਂ ਨੇ ਜਵਾਬ ਦੇ ਦਿੱਤਾ। ਸੋ ਇਸ ਕਰਕੇ ਅੰਤ ਨੂੰ ਕਹਿੰਦੇ ਕੋਈ ਵੀ ਤੇਰੀ ਰੱਖਿਆ, ਸਹਾਈ ਦਾ ਅਰਥ ਹੁੰਦਾ ਰੱਖਿਆ ਕਰਨੀ, ਤੇਰੀ ਕੋਈ ਰੱਖਿਆ ਨਹੀਂ ਕਰੇਗਾ, ਤੈਨੂੰ ਦੁੱਖਾਂ ਤੋਂ ਜਮਾਂ ਤੋਂ ਕਸ਼ਟਾਂ ਤੋਂ ਨਹੀਂ ਬਚਾਵੇਗਾ। ਮਾਲ ਕਨਕ ਲਾਲ ਹੀਰਾ, ਫਿਰ ਤੇਰੇ ਮਨ ਵਿੱਚ ਸ਼ਾਇਦ ਇੱਕ ਹੋਰ ਵੱਡਾ ਭੁਲੇਖਾ। ਮਹਾਰਾਜ ਕਹਿੰਦੇ ਵੈਸੇ ਤਾਂ ਦਾਨੇ ਪੁਰਸ਼ ਕਹਿੰਦੇ ਆ ਕਿ ਬੰਦੇ ਦੇ ਜੀਵਨ ਦਾ ਸੁਭਾਅ ਅਸਲੀ ਕਦੋਂ ਪਤਾ ਲੱਗਦਾ? ਜਦੋਂ ਉਹਦੇ ਕੋਲ ਧਨ ਆ ਜਾਏ। ਜਿੰਨਾ ਚਿਰ ਧਨ ਨਹੀਂ ਨਾ ਉਹਦੇ ਕੋਲ ਆਉਂਦਾ, ਉਨਾ ਚਿਰ ਅਸਲੀ ਉਹਦੀ ਰੁਚੀ ਦਾ ਤੇ ਬਿਰਤੀ ਦਾ ਨਹੀਂ ਪਤਾ ਲੱਗਦਾ। ਜਦੋਂ ਧਨ ਕੋਲੇ ਬਹੁਤ ਆਤ ਵਿੱਚ ਆ ਜਾਏ ਨਾ, ਫਿਰ ਅੰਦਰਲਾ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਮਹਾਰਾਜ ਇੱਥੇ ਉੱਤਰ ਦੇ ਰਹੇ ਹੈ, ਮੁਕਤ ਮਾਲ ਮੋਤੀਆਂ ਦੀਆਂ ਮਾਲਾਂ, ਕਣਕ ਸੋਨਾ, ਲਾਲ ਹੀਰੇ ਆਦਿਕ ਬੇਸ਼ ਕੀਮਤੇ ਜਿੰਨੇ ਵੀ ਹੈਰੰਜਨ ਕੀ ਮਾਇਆ, ਇਹ ਮਨ ਨੂੰ ਪ੍ਰਸੰਨ ਕਰਨ ਵਾਲੀ ਪਰਮੇਸ਼ਰ ਦੀ ਮਾਇਆ ਹੈ। ਜਿਹਤੇ ਤੂੰ ਮਾਣ ਕਰਕੇ ਹੰਕਾਰ ਕਰਦਾ, ਮਾਇਆ ਆਉਣ ਤੋਂ ਵੀ ਕਈ ਵਾਰੀ ਬੰਦਾ ਆਪਣੇ ਸਾਰੇ ਸਮਾਜ ਨੂੰ ਛੱਡ ਕੇ ਕਹਿੰਦਾ ਮੈਨੂੰ ਹੁਣ ਲੋੜ ਨਹੀਂ ਰਹੀ, ਇੰਨਾ ਕੁ ਹੰਕਾਰੀ ਹੋ ਜਾਂਦਾ ਕਿ ਉਹ ਕਿਸੇ ਨੂੰ ਕੁਛ ਅੱਖਾਂ ਦੇ ਥੱਲੇ ਲਿਆਉਂਦਾ ਹੀ ਨਹੀਂ, ਪਾਸੇ ਹੋ ਜਾਂਦਾ, ਕਿਸੇ ਨਾਲ ਮਿਲਦਾ ਨਹੀਂ, ਵਰਤਦਾ ਨਹੀਂ।